ਪਿੰਡ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਸੋ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪਿੰਡ ਪੰਜਾਬੀ ਚੈਨਲ ਲਗਾਤਾਰ ਹਲਕਾ ਪਹਿਲ ਹਲਕਾ ਖਨ ਨਾਲ ਸੰਬੰਧਿਤ ਜਿਹੜੀਆਂ ਗਤੀਵਿਧੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਿੰਦਾ ਸੋ ਇਸ ਵਕਤ ਅਸੀਂ ਮੌਜੂਦਾ ਜੀ ਮਸ਼ਹੂਰ ਪਿੰਡ ਜਰਗ ਵਿਖੇ ਜਿੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤੀਆਂ ਦਾ ਤਿਹਾਰ ਸਾਲਾਨਾ ਤੀਆਂ ਦਾ ਤਿਹਾਰ ਜਿਹੜਾ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਸੋ ਇਸ ਦੇ ਸਬੰਧ ਵਿੱਚ ਅਸੀਂ ਪਹੁੰਚਿਆ ਗੱਲਬਾਤ ਕਰਨ ਦੇ ਲਈ ਤੀਆਂ ਨਾਲ ਸੰਬੰਧਿਤ ਕਮੇਟੀ ਸਾਡੇ ਪਿੰਡ ਤੋਂ ਬੀਬੀਆਂ ਦੀ ਉਹਨਾਂ ਨਾਲ ਆਪਾਂ ਗੱਲਬਾਤ ਅੱਜ ਕਰਾਂਗੇ ਤੇ ਪੁੱਛਾਂਗੇ ਕਿ ਕੀ ਡੇਟਾ ਨੇ ਅਤੇ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਉਹ ਰਹਿਣ ਵਾਲੇ ਨੇ ਇਹ ਸਭ ਤੋਂ ਪਹਿਲਾਂ ਬੇਬੇ ਜੀ ਪਿੰਡ ਪੰਜਾਬੀ ਚੈਨਲ ਦੇ ਵਿੱਚ ਅਸੀਂ ਤੁਹਾਡਾ ਹਾਰਦਿਕ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਜਿਹੜਾ ਜਰਗ ਵਿਖੇ ਸਲਾਨਾ ਜਿਹੜਾ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਕਾਫੀ ਲੰਮੇ ਸਮੇਂ ਤੋਂ ਇਹ ਇਸ ਵਾਰ ਜਿਹੜਾ ਤੀਆਂ ਦਾ ਤਿਹਾਰਾ ਉਹ ਕਿਹੜੀ ਤਰੀਕ ਨੂੰ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਜਿਹੜਾ ਉਹ ਮਨਾਇਆ ਜਾ ਰਿਹਾ ਇਸ ਬਾਰੇ ਸਾਨੂੰ ਦੱਸੋ ਕਿ ਕਿੰਨੇ ਦਿਨਾਂ ਲਈ ਮਨਾਇਆ ਜਾ ਰਿਹਾ ਇਹ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਪਤਿ ਇਹ ਤੀਜ ਨੂੰ ਤਿਹਾਰ ਨੂੰ ਤਿਹਾਰ ਨੂੰ ਸੌਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਤੇ 15 ਦਿਨਾਂ ਤੀਆਂ ਤੀਆਂ ਲੱਗਦੀਆਂ ਹਨ ਇਹ ਸੱਭਿਆਚਾਰਕ ਕੈਮ ਰੱਖਣ ਨੂੰ ਅਸੀਂ ਇਹ ਮਨਾ ਰਹੇ ਹਾਂ ਜੇਕਰ ਆਪਾਂ ਗੱਲ ਕਰੀਏ ਅੰਟੀ ਜੀ ਜਿਸ ਤਰ੍ਹਾਂ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਤੀਆਂ ਦਾ ਤਿਹਾਰ ਕਾਫੀ ਦਿਨ ਹੁੰਦੇ ਸੀਗੇ ਤੀਆਂ ਮਨਾਉਣ ਦੇ ਲਈ ਆਪਣੇ ਜਿਹੜੀ ਬੀਬੀਆਂ ਸੀ ਉੱਥੇ ਜਾ ਕੇ ਆਪਣੇ ਜਿਹੜੀਆਂ ਪਿੰਗਾਂ ਵੀ ਝੂੜਦੀਆਂ ਸੀ ਜਾਂ ਗਿੱਧਾ ਪਾਉਂਦੀਆਂ ਸੀਗੇ ਹੁਣ ਕੀ ਇਹ ਇਸ ਵਾਰ ਜਿਹੜਾ ਇੱਕ ਦਿਨ ਹੀ ਮਨਾਇਆ ਜਾਊਗਾ ਇਸ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਇੱਕ ਦਿਨ ਹੀ ਮਨਾਇਆ ਜਾਊਗਾ ਕਿਉਂਕਿ ਹੁਣ ਕੋਈ ਲੋਕਾਂ ਕੋਲ ਟਾਈਮ ਬਹੁਤ ਘੱਟ ਆ ਇਹ ਟਾਈਮ ਤਾਂ ਸਾਰਾ ਮੋਬਾਈਲਾ ਨੇ ਖਾ ਲਿਆ ਬਾਕੀ ਸੱਭਿਆਚਾਰਕ ਲੋਕ ਘਾਟ ਹੀ ਸਮਝਦੇ ਨੇ ਹੁਣ ਪਰ ਅਸੀਂ ਸੱਭਿਆਚਾਰਕ ਕੈਮ ਰੱਖਣ ਨੂੰ ਇਹ ਮਨਾ ਰਹੇ ਹਾਂ ਦਿਨ ਬੁੱਧਵਾਰ 3 ਤਰੀਕ ਜਰਗੜੀ ਵਾਲੇ ਦਰਵਾਜ਼ੇ ਪਿੰਡ ਜਰਗ ਵਿਖੇ ਮਨਾ ਰਹੇ ਹਾਂ ਬਾਕੀ ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਤੁਸੀਂ ਜਰੂਰ ਇਸ ਵਿੱਚ ਪਹੁੰਚਣਾ ਇਹ ਅਸ਼ਾਂਤੀ ਜੀ ਜੇਕਰ ਗੱਲ ਕਰੀਏ ਜਿਹੜਾ 3 ਦਾ ਤਿਹਾੜ ਮਨਾਇਆ ਜਾਵੇਗਾ ਜੇਕਰ ਗੱਲ ਕਰੀ ਤੁਸੀਂ ਦੱਸਿਆ ਕਿ 3 ਤਰੀਕ ਨੂੰ ਹਨਾ ਬੁੱਧਵਾਰ ਵਾਲਾ ਦਿਨ ਆ ਕਰੀਬ ਸ਼ਾਮ ਨੂੰ 4 ਵਜੇ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਇਹ ਤਿਉਹਾਰ ਆ ਜਿਹੜਾ ਇਹ ਮਨਾਇਆ ਜਾਵੇਗਾ ਜਰਗੜੀ ਵਾਲੇ ਦਰਬਜੇ ਤੀਆਂ ਦੇ ਇਸ ਤਿਉਹਾਰ ਦੇ ਵਿੱਚ ਫਿਰ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਹੋਣਗੇ ਅਤੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਕਿਹੜੀਆਂ-ਕਿਹੜੀਆਂ ਜਣ ਦੀ ਆਪਣੇ ਲੇਡੀਜ਼ ਨਾਲ ਆਪਣੀਆਂ ਬੀਬੇ ਨਾਲ ਸੰਬੰਧਿਤ ਜਿਹੜੀਆਂ ਗਤੀਵਿਧੀਆਂ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਜਿਹੜੀਆਂ ਗਤੀਵਿਧੀਆਂ ਤੁਸੀਂ ਉਹ ਮੁੱਖ ਰੱਖ ਕੇ ਕਰੋਗੇ ਔਰ ਜੀ ਇਹਦੇ ਵਿੱਚ ਗਿੱਧਾ ਹੋਊਗਾ ਪਿੰਗਾ ਪਾਵਾਂਗੇ ਬਾਕੀ ਖਾਣ ਪੀਣ ਦਾ ਵੀ ਪ੍ਰਬੰਧ ਹੋਊਗਾ ਬਾਕੀ ਚੂੜੀਆਂ ਤੇ ਮਹਿੰਦੀ ਵੀ ਆਉਣਗੀਆਂ ਬੀਬੀਆਂ ਉਹ ਵੀ ਚੜਾਉਣਗੀਆਂ ਠੀਕ ਹੈ ਜੀ ਅੱਛਾ ਜੇਕਰ ਗੱਲ ਕਰੀਏ ਜਿਸ ਤਰ੍ਹਾਂ ਜਿਹੜਾ ਤੀਆਂ ਆਪਣੇ ਤਿਉਹਾਰ ਜਰਗ ਵਿਖੇ ਮਨਾਇਆ ਜਾਂਦਾ ਪਿਛਲੇ ਕਾਫੀ ਸਾਲਾਂ ਤੋਂ ਮਨਾਇਆ ਜਾ ਰਿਹਾ ਸੋ ਅਸੀਂ ਵੀ ਦੇਖਦੇ ਰਹੇ ਹਾਂ ਸੋ ਤੀਆਂ ਦੇ ਤਿਉਹਾਰ ਦੇ ਉੱਤੇ ਜਿਹੜੇ ਆਪਣੇ ਪਿੰਡ ਜਰਗ ਦੀਆਂ ਜਿਹੜੀਆਂ ਕੁੜੀਆਂ ਨੇ ਜਿਨ੍ਹਾਂ ਆਪਾਂ ਕਹਿ ਦਈਏ ਇਹ ਉਹ ਵੀ ਪੇਕੇ ਘਰੋਂ ਆਪਣੇ ਪਿੰਡ ਜਰਗ ਵਿਖੇ ਆਉਂਦੀਆਂ ਨੇ ਅਸੀਂ ਉਹਨਾਂ ਨੂੰ ਵੀ ਚਾਹ ਹੁੰਦਾ ਕਾ ਕਾਫੀ ਜ਼ਿਆਦੇ ਜਾਂ ਹੋਰ ਵੀ ਜਿਹੜੇ ਸਾਡੇ ਆਪਣੇ ਪਿੰਡ ਜਰਗਰ ਨਾਲ ਸੰਬੰਧ ਜਿਹੜੇ ਰਿਸ਼ਤੇਦਾਰ ਨਾਲ ਰਿਸ਼ਤੇਦਾਰੀਆਂ ਨੇ ਉਹਨਾਂ ਤੋਂ ਵੀ ਬੀਬੀਆਂ ਪਹੁੰਚਦੀਆਂ ਨੇ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਕੀ ਸੁਨੇਹਾ ਦੇਣਾ ਚਾਹੁੰਦੇ ਉਹਨਾਂ ਲਈ ਅਸੀਂ ਸਾਰਿਆਂ ਨੂੰ ਮੈਸੇਜ ਦਿੰਨੇ ਆ ਵੀ ਇਹ ਜ਼ਰੂਰ ਪਹੁੰਚਣ ਇਸ ਟਾਈਮ ਇਸ ਦਿਨ 3 ਤਿੰਨ ਤਰੀਕ ਦਿਨ ਬੁੱਧਵਾਰ ਨੂੰ ਜ਼ਰੂਰ ਪਹੁੰਚਣ ਸਾਰੀਆਂ ਧੀਆ ਭੈਣਾਂ ਜਿਹੜੀਆਂ ਨੇੜੇ ਨੇ ਬਾਹਰ ਵਿਦੇਸ਼ਾਂ ਚ ਤਾਂ ਅਸੀਂ ਨਹੀਂ ਕਹਿ ਸਕਦੇ ਉਹਨਾਂ ਨੂੰ ਵੀਡੀਓ ਕਾਲ ਦਿਖਾ ਦਾਂਗੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਠੀਕ ਹੰਟੀ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਸੀਂ ਗੱਲਬਾਤ ਸਾਡੇ ਨਾਲ ਕੀਤੀ ਆ ਸੋ ਦੋਸਤੋ ਇਹ ਸਾਣਾ ਸਾਡੇ ਦਰਮਿਆਨ ਗੱਲਬਾਤ ਕਰ ਰਹੀ ਸੀ ਬੀਬੀਆਂ ਜੇ ਆਪਾਂ ਗੱਲ ਕਰੀਏ ਤੀਆਂ ਨਾਲ ਸੰਬੰਧਿਤ ਜਿਹੜੀ ਪ੍ਰਮੁੱਖ ਬੀਬੀਆਂ ਦੀ ਕਮੇਟੀ ਉਹਨਾਂ ਨਾਲ ਅੱਜ ਅਸੀਂ ਗੱਲਬਾਤ ਕੀਤੀ ਆ ਜਿਨ੍ਹਾਂ ਨੇ ਆਉਣ ਵਾਲੇ ਹਾਂਜੀ ਕੀ ਕੀ ਨਵਾਂ ਨਾਂ ਦਾ ਥੋੜਾ ਦੱਸ ਦਿਓ ਜੀ ਤੁਸੀਂ ਆਪ ਤੁਸੀਂ ਉਹ ਆਪੇ ਦੱਸ ਦਿਓ ਲੌਂਟੀ ਹਾਂਜੀ ਤੁਸੀਂ ਦੱਸੋ ਮੈਂ ਪਰਮਜੀਤ ਕੌਰ ਤੇ ਮਨਜੀਤ ਕੌਰ ਹਾਂਜੀ ਰੇਖਾ ਰਾਣੀ ਹਾਂਜੀ ਤੇ ਅਨੀਤਾ ਅਨੀਤਾ ਠੀਕ ਆ ਸੋ ਇਹ ਕਮੇਟੀ ਨੇ ਆਪਣੇ ਜਿਨ੍ਹਾਂ ਦੇ ਦੇਖ ਰੇਖੇ ਹੇਠ ਜੇ ਆਪਾਂ ਗੱਲ ਕਰੀਏ ਜਾਂ ਜੋ ਮੁੱਖ ਪ੍ਰਬੰਧਕ ਨੇ ਇਸ ਤੀਆਂ ਦੇ ਤਿਉਹਾਰ ਨੂੰ ਜਿਨ੍ਹਾਂ ਨੇ ਮਨਾਉਣਾ ਜਾਂ ਜਿਨ੍ਹਾਂ ਦੀ ਦੇਖ ਰੇਖੇ ਹੇਠ ਇਹ ਜਿਹੜਾ ਪੂਰਾ ਪ੍ਰਬੰਧ ਆ ਜਾਂ ਜਿਹੜਾ ਪੂਰਾ ਤਿਹਾਰਾ ਹੋ ਜਰਗੜੀ ਵਾਲੇ ਦਰਵਾਜੇ ਮਨਾਇਆ ਜਾਵੇਗਾ ਸੋ ਇਹਨਾਂ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਦੌਰਾਨ ਦੱਸਿਆ ਕਿ ਜਿਹੜਾ ਤੀਆਂ ਦਾ ਤਿਹਾਰਾ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਵੇਗਾ ਡੀਜੇ ਵਗੈਰਾ ਜਾਂ ਜੋ ਵੀ ਇਹਨਾਂ ਨੇ ਦੱਸਿਆ ਕਿ ਮਹਿੰਦੀ ਚੂੜੀਆਂ ਗਿੱਧਾ ਜਾਂ ਪੀਂਗ ਇਸ ਤਰ੍ਹਾਂ ਦੇ ਸਾਰੇ ਜਿਹੜੀਆਂ ਗਤੀਵਿਧੀਆਂ ਨੇ ਉਹ ਕੀਤੀਆਂ ਜਾਣਗੀਆਂ ਵਾ ਵਿਸ਼ੇਸ਼ ਤੌਰ ਤੇ ਇਹਨਾਂ ਨੇ ਪਿੰਡ ਦੀਆਂ ਜਿਹੜੀਆਂ ਆਪਣੇ ਲੜਕੀਆਂ ਨੇ ਇਹ ਉਹਨਾਂ ਨੂੰ ਵੀ ਇਹਨਾਂ ਨੇ ਮੈਸੇਜ ਲਾਇਆ ਸੁਨੇਹਾ ਦਿੱਤਾ ਕਿ ਉਹ ਵੀ ਵਿਸ਼ੇਸ਼ ਤੌਰ ਤੇ ਪਿੰਡ ਜਰਗ ਇਸ ਦਿਨ ਪਹੁੰਚਣ ਤਾਂ ਜੋ ਜਿਹੜੀ ਆਪਾਂ ਤੀਆਂ ਦਾ ਤਿਹਾਰ ਆ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਵੇ ਸੋ ਇਹਨਾਂ ਨੇ ਸਾਰੇ ਹੀ ਪਿੰਡ ਨੂੰ ਵੀ ਸੱਦਾ ਦਿੱਤਾ ਕਿ ਉਹ ਆਪਣੇ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚਣ ਬਾਕੀ ਆਪਣੇ ਜੇਕਰ ਗੱਲ ਕਰੀਏ ਆਂਟੀ ਜੀ ਲਾਸਟ ਸਵਾਲ ਆਪਣੇ ਪ੍ਰਮੁੱਖ ਜਿਹੜੀ ਆਪਣੇ ਜੈਂਟਸ ਨੇ ਜਾਂ ਹੋਰ ਨੇ ਇਹ ਉਹਨਾਂ ਦੇ ਲਈ ਵੀ ਕੋਈ ਹੈਗਾ ਕਿ ਜਾਂ ਲੇਡੀਜ਼ ਲਈ ਵਿਸ਼ੇਸ਼ ਪ੍ਰਬੰਧ ਨੇ ਹਾਂਜੀ ਸਿਰਫ ਬੀਬੀਆਂ ਪਹਿਣਾ ਲੰਬਾਸ ਦੀ ਹੈ ਹੋਰ ਕੋਈ ਕਿਸੇ ਨੇ ਨਹੀਂ ਆਉਣਾ ਠੀਕ ਹੈ ਜਿੱਦੇ ਦਾ ਹੀ ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ ਇਹਨਾਂ ਨੇ ਦੱਸਿਆ ਕਿ ਜਿਹੜਾ ਤਿਉਹਾਰ ਆ ਇਹ ਕੇਵਲ ਬੀਬੀਆਂ ਪਹਿਣਾ ਦੇ ਲਈ ਆ ਪਿੰਡ ਜਰਗਦੀਆਂ ਜਿਹੜੀਆਂ ਆਪਣੇ ਔਰਤ ਵਰਗ ਨਾਲ ਸੰਬੰਧਿਤ ਹੀ ਇਹ ਪ੍ਰਮੁੱਖ ਜਲਾ ਤਿਉਹਾਰ ਉਹ ਮਨਾਇਆ ਜਾਵੇਗਾ ਸੋ ਬੀਬੀਆਂ ਪਹਿਣਾ ਨੂੰ ਬੇਨਤੀ ਆ ਕਿ ਉਹ ਵੱਧ ਚੜ ਕੇ ਦਿਨ ਬੁੱਧਵਾਰ ਸ਼ਾਮ ਨੂੰ 4 ਵਜੇ ਜਰਗੜੀ ਵਾਲੇ ਦਰਵਾਜੇ ਤੀਆਂ ਦੇ ਤਿਹਾਰ ਦੇ ਉਤੇ ਜਰੂਰ ਪਹੁੰਚਣ ਸੋ ਦੋਸਤੋ ਇਹ ਵੀ ਤੁਹਾਨੂੰ ਨਾਲ ਦੱਸ ਦਿੰਨੇ ਆ ਕਿ ਜਿਹੜਾ ਤੀਆਂ ਦਾ ਤਿਹਾਰ ਆ ਉਹਦੀ ਜਿਹੜੀ ਵਿਸ਼ੇਸ਼ ਅਸੀਂ ਕਵਰੇਜ ਆ ਜਿਹੜੀ ਪ੍ਰਮੁੱਖ ਜਿਹੜੀਆਂ ਝਲਕੀਆਂ ਨੇ ਅਸੀਂ ਪਿੰਡ ਪੰਜਾਬੀ ਚੈਨਲ ਤੇ ਤੁਹਾਨੂੰ ਅਸੀਂ ਉਹ ਜਰੂਰ ਦਿਖਾਵਾਂਗੇ ਤਾਂ ਜੋ ਜਿਹੜੇ ਸਾਡੇ ਐਨ ਆਰ ਆਈ ਵੀਰ ਨੇ ਉਹ ਵੀ ਪਿੰਡ ਜਰਗ ਦੀਆਂ ਇਹਨਾਂ ਤੀਆਂ ਨੂੰ ਉਹ ਦੇਖ ਸਕਣ ਸੋ ਜੇਕਰ ਤੁਸੀਂ ਸਾਡੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤਾਂ ਜੋ ਤੁਸੀਂ ਹੋਰ ਵੀ ਜਿਹੜੀਆਂ ਗਤੀਵਿਧੀਆਂ ਹਨ ਉਹਨਾਂ ਨੂੰ ਆਸਾਨੀ ਨਾਲ ਦੇਖ ਸਕੋ ਸੋ ਹੁਣ ਦਿਓ ਆ ਗਿਆ ਫਿਰ ਕਿਸੇ ਹੋਰ ਗਤੀਵਿਧੀ ਨਾਲ ਮਿਲਦੇ ਹਾਂ ਜੀ ਧੰਨਵਾਦ ਸ਼ੁਕਰੀਆ ਜੀ